ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੀ ਸ਼ਿਪਮੈਂਟ ਵੈਕਸੀਨਸ ਦੀ ਆ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਆ ਰਹੀ ਹੈ। ਇੱਕ ਅੰਦਾਜ਼ੇ ਦੇ ਮੁਤਾਬਕ 2.5 ਮਿਲੀਅਨ ਜਿਹੜੇ ਵੈਕਸੀਨ ਆ ਉਹ ਫਾਈਜ਼ਰ ਅਤੇ ਮਾਡਰਨਾ ਵੱਲੋਂ ਰੈਗੂਲਰਲੀ ਸ਼ਿਪ ਕਰਨ ਦਾ ਜਿਹੜਾ ਵਾਅਦਾ ਆ ਉਹ ਕੀਤਾ ਗਿਆ ਅਤੇ ਉਹ ਆ ਰਹੇ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 2 ਮਿਲੀਅਨ ਜਿਹੜੇ ਵੈਕਸੀਨ ਫਾਈਜ਼ਰ ਦੇ ਆ ਪਹਿਲਾਂ ਹੀ ਕੈਨੇਡਾ ਪਹੁੰਚ ਰਹੇ ਆ ਹਰ ਹਫ਼ਤੇ ਅਤੇ ਇਹ ਜੂਨ ਮਹੀਨੇ ਦੇ ਅਖੀਰ ਤੱਕ ਇਸੇ ਤਰ੍ਹਾਂ ਪੁੱਜਦੇ ਰਹਿਣਗੇ। ਅਤੇ ਹੁਣ ਮਡਰਨਾ ਨੇ 1 ਮਿਲੀਅਨ ਡੋਜ਼ ਜਿਹੜੀ ਆ ਹੋਰ ਭੇਜੀ ਆ ਅਤੇ ਨਾਲ ਦੀ ਨਾਲ ਲਗਾਤਾਰ ਹੋਰ ਜਿਹੜੇ ਆ 5 ਲੱਖ ਵੈਕਸੀਨ ਹਰ ਹਫ਼ਤੇ ਭੇਜਣ ਦਾ ਜਿਹੜਾ ਇਕਰਾਰ ਕੀਤਾ ਆ, ਜਿਹਦੇ ਨਾਲ ਕੀ ਹੋਊਗਾ ਕਿ ਪਹਿਲਾਂ ਤਾਂ ਜਿਹੜੇ ਕੈਨੇਡਾ ਦੇ ਲੋਕ ਨੇ ਉਹਨਾਂ ਦੇ ਪਹਿਲਾਂ ਵੈਕਸੀਨ ਲੱਗੂਗਾ ਜਿਹੜਾ ਕਿ ਹੁਣ ਬਹੁਤ ਤੇਜ਼ੀ ਦੇ ਨਾਲ ਲੱਗ ਰਿਹਾ ਆ। ਅਪੁਆਇੰਟਮੈਂਟਸ ਵੀ ਬਹੁਤ ਜਲਦੀ ਜਲਦੀ ਮਿਲ ਰਹੀਆਂ ਔਨਲਾਈਨ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਦੂਜੀ ਵੈਕਸੀਨ ਲੱਗਣੀ ਆ ਉਹ ਫਿਰ ਸ਼ੁਰੂ ਕਰ ਦਿੱਤੀ ਜਾਊਗੀ ਤਾਂ ਕਿ ਜਲਦ ਤੋਂ ਜਲਦ ਕੈਨੇਡਾ ਦੇ ਵੱਡੇ ਹਿੱਸੇ ਨੂੰ ਇਹ ਵੈਕਸੀਨ ਲਾ ਦਿੱਤਾ ਜਾਵੇ। ਜਿਵੇਂ ਅਮਰੀਕਾ ਬਹੁਤ ਖੁੱਲ੍ਹਾ ਦੇ ਚੁੱਕਾ, ਲੋਕ ਹੁਣ ਘੁੰਮਣ ਫਿਰਨ ਲੱਗ ਪਏ ਆ, ਹਵਾਈ ਸਫ਼ਰ ਵੀ ਅੰਦਰ ਅੰਦਰ ਕਰਨ ਲੱਗ ਪਏ ਆ, ਸੋ ਉਹੋ ਜਿਹੀਆਂ ਖੁੱਲ੍ਹਾਂ ਜਿਹੜੀਆਂ ਕੈਨੇਡਾ ਦੇ ਵਿੱਚ ਵੀ ਮਿਲ ਜਾਣ। ਸੋ ਜੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਬਾਲਗਾਂ ਦੇ ਇਹ ਟੀਕੇ ਲੱਗ ਜਾਂਦੇ ਆ ਤਾਂ ਜਿਹਨੂੰ ਫਿਰ ਹਰਡ ਇਮਿਊਨਿਟੀ ਹੋ ਜਾਂਦੀ ਆ, ਵੱਡੀ ਪੱਧਰ 'ਤੇ ਲੋਕ ਜਿਹੜੇ ਆ ਉਹ ਕੁਦਰਤੀ ਤੌਰ 'ਤੇ ਬਚਾਅ ਕਰਨ ਲੱਗ ਪੈਂਦੇ ਆ, ਤਾਂ ਫਿਰ ਕੋਈ ਵੱਡੀ ਗੱਲ ਨਹੀਂ ਕਿ ਕੈਨੇਡਾ ਅਮਰੀਕਾ ਦੀ ਜਿਹੜੀ ਸਰਹੱਦ ਆ ਉਹ ਵੀ ਆਪਸ ਵਿੱਚ ਖੁੱਲ੍ਹ ਜਾਵੇ। ਦੁਨੀਆ ਪੂਰੀ ਤਰ੍ਹਾਂ ਕਦੋਂ ਨੋਰਮਲ ਹੁੰਦੀ ਹੈ ਉਹ ਹਜੇ ਟਾਈਮ ਲੱਗਣਾ, ਕਿਉਂਕਿ ਦੁਨੀਆ ਦੇ ਤਾਂ ਹਜੇ ਤਕਰੀਬਨ 125 ਮੁਲਕ ਅਜਿਹੇ ਆ ਜਿਹਨਾਂ 'ਚ ਇਹ ਟੀਕਾ ਲੱਗਣਾ ਵੀ ਨਹੀਂ ਸ਼ੁਰੂ ਹੋਇਆ, ਸੋ ਉਨ੍ਹਾਂ ਚਿਰ ਜਿਹੜੀ ਦੁਨੀਆ ਪੂਰੀ ਨਹੀਂ ਖੁੱਲ੍ਹਣੀ। ਪਰ ਜਿਹੜੇ ਮੁਲਕ ਆਪਸ ਵਿੱਚ ਲਾਗੇ ਲਾਗੇ ਹੈਗੇ ਆ ਪਰ ਟੀਕੇ ਜਿਹੜੇ ਲੱਗ ਜਾਂਦੇ ਆ, ਹਰਡ ਇਮਿਊਨਿਟੀ ਹੋ ਜਾਂਦੀ ਆ, ਉਹ ਫਿਰ ਸਰਹੱਦਾਂ ਜਿਹੜੀਆਂ ਖੋਲ੍ਹ ਸਕਦੇ ਆ, ਘੁੰਮਣਾ ਫਿਰਨਾ ਸ਼ੁਰੂ ਹੋ ਸਕਦਾ ਆ। ਇਸੇ ਦੌਰਾਨ ਵੈਕਸੀਨ ਬਣਾਉਣ ਵਾਲੀ ਕੰਪਨੀ ਫਾਈਜ਼ਰ ਨੇ ਐਲਾਨ ਕੀਤਾ ਕਿ ਉਹਨਾਂ ਦੇ ਪਹਿਲੇ ਜਿਹੜੀ ਕੁਆਟਰ ਦੀ ਕਮਾਈ ਆ ਉਹ 3.5 ਬਿਲੀਅਨ ਡਾਲਰ ਆ, ਜਾਣੀ ਕਿ 3.5 ਬਿਲੀਅਨ ਡਾਲਰ ਦੀ ਕਮਾਈ ਉਹਨਾਂ ਨੇ 3 ਮਹੀਨਿਆਂ 'ਚ ਕੀਤੀ ਆ। ਅਤੇ ਉਹ ਕਹਿੰਦੇ ਸਾਡਾ ਸਭ ਤੋਂ ਕਮਾਊ ਪੁੱਤ ਜਿਹੜਾ ਆ ਉਹ ਫਾਈਜ਼ਰ ਦਾ ਵੈਕਸੀਨ ਹੀ ਆ, ਇਹਦੀ ਧੜਾ ਧੜ ਪੂਰੀ ਦੁਨੀਆ ਦੇ ਵਿੱਚ ਵਿਕਰੀ ਹੋ ਰਹੀ ਆ, ਜਿਸ ਕਰਕੇ ਸਾਨੂੰ ਐਡਾ ਵੱਡਾ ਪ੍ਰੋਫਿਟ ਜਿਹੜਾ ਆ ਜੀ ਉਹ ਹੋਇਆ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।